ਬਾਬਾ ਜੀ 10 ਮਿੰਟ ਰੋਕ ਦੋ, ਬਾਰਿਸ਼ ਨੂੰ ਮੇਰਾ ਤੁੜਕਾ ਲੱਗ ਲੈਣ ਦੋ, ਸਦ ਰੋਟੀਆਂ ਜੀ ਆ ਗਿਆ ਹੈ ਜੀ ਪਾਰਸਲ, ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂ ਪਾਰਸਲ ਨੂੰ ਜੀ ਪਹੁੰਚ ਚੁੱਕਿਆ ਜੀ ਸਾਡੇ ਕੋਲ ਪਾਰਸਲ ਤੇ ਪਾਰਸਲ ਹੀ ਬਹੁਤ ਸੋਹਣਾ ਆਇਆ, 3 ਦਿਨਾਂ ਦਾ ਆਇਆ ਆ ਸੀ ਲਿਆ ਅੱਜ ਹੋਇਆ ਲਿਆਂਦਾ ਅੱਜ ਆ ਤੇ ਬਹੁਤ ਹੀ ਵਧੀਆ ਵਿੱਚ ਡਰੈਸਸ ਆ ਇਹਦੇ, ਤੁਹਾਨੂੰ ਕਿਦੋਂ ਪਤਾ ਖੋਲੇ ਸੀ ਜੀ ਹੁਣੀ ਆ ਹੋਰ ਖੋਲ ਤਾਂ ਮੈਂ ਨਹੀਂ ਆ ਦੇਖਦਾ ਨਹੀਂ ਗਿਆ ਉਹਦਾ ਦੇਖਣਾ ਆ ਵਿੱਚ ਕੀ ਹੈ ਇਹਨੂੰ ਕੱਖ ਨਹੀਂ ਪਤਾ ਤੇ ਦੇਖੋ ਜੀ ਸਾਡੇ ਪਹਿਲੇ ਬੈੱਡ ਤੇ ਚਾਦਰ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ ਤੇ ਵਧੀਆ ਲੱਗੀ ਤਾਂ ਜ਼ਰੂਰ ਕਮੈਂਟ ਕਰਿਓ ਤੇ ਲਓ ਜੀ ਆ ਗਿਆ ਪਾਰਸਲ ਪਾਰਸਲ ਆਇਆ ਕਿਹਨਾਂ ਕੋ ਪਤਾ ਕੁਛ ਤੇ ਨਾ ਨਾਈਟ ਫੂਡ ਮੈਨੂੰ ਰਿਸੀਵ ਹੋਇਆ ਇਹ ਆਇਆ ਹੈਗਾ ਜੀ ਹੈ ਨਾ ਚਿੰਨ ਲਿਖਿਆ ਹੋਣਾ ਆਈਡੀ ਦਾ ਨਾਮ ਉੱਤੇ ਖਰੇ ਵਟਸਐਪ ਤੇ ਜ਼ਰੂਰ ਆ ਬਣ ਲੁਧਿਆਣੇ ਤੋਂ ਆਇਆ ਇਹ ਇੰਨਾ ਮੈਨੂੰ ਪਤਾ ਲੁਧਿਆਣੇ ਤੋਂ ਆਇਆ ਹੁਣ ਮੈਂ ਪਹਿਲੀ ਡਰੈਸ ਖੋਲ ਕੇ ਦੂੰਗੀ ਆ ਇਹ ਆਇਆ ਜੀ ਨਾਈਟ ਸੂਟ ਪਹਿਲਾ ਲੁਧਿਆਣੇ ਤੋਂ ਆਇਆ ਹੈਗਾ ਇਹ ਪੁੱਲਾ ਡੁੱਲਾ ਗਰਮੀਆਂ ਚ ਪਾਉਣ ਲਈ ਕੱਪੜਾ ਬੜਾ ਵਧੀਆ ਆਏਗਾ ਬਹੁਤ ਸ਼ਾਨਦਾਰ ਕੱਪੜਾ ਇਹ ਪਹਿਲਾ ਨਾਈਟ ਸੂਟ ਇਹ ਆ ਜੀ ਅਮਨ ਫਾਈਨੈਂਸ਼ੀਅਲ ਸੋਲੂਸ਼ਨਸ ਇੱਕ ਇਹਨਾਂ ਦੀ ਆਈਡੀ ਇੰਸਟਾਗ੍ਰਾਮ ਤੇ ਅਮਨ ਫਾਈਨੈਂਸ਼ੀਅਲ ਸੋਲੂਸ਼ਨ ਇੱਕ ਇਹਨਾਂ ਦੀ ਆਈਡੀ ਹੈਗੀ ਆ ਅਮਨ ਚੀਮਾ 13 13 ਇਹ ਇਹਨਾਂ ਦੇ ਕੋਲ ਆਇਆ ਮੈਡਮ ਹੁਣਾਂ ਕੋਲ ਇਹਨਾਂ ਦੇ ਆਪਾਂ ਇੰਸਟਾਗ੍ਰਾਮ ਤੇ ਰੀਲ ਪਾਉਣੀ ਆ ਤੇ ਫਿਰ ਤੁਸੀਂ ਉੱਤੋਂ ਮੰਗਵਾ ਸਕਦੇ ਹੋ ਵਾਓ ਆ ਬੜਾ ਸੋਹਣਾ ਤੇ ਆਪਾਂ ਬਲੌਗ ਵਿੱਚ ਵੀ ਦੇਖਾਂਗੇ ਜਿਹਦੇ ਵਿੱਚ ਇੱਕ ਤੀਸਰਾ ਆਇਆ ਹੈ ਜੀ ਆ ਵਾਲਾ ਡਿਫਰੈਂਟ ਕਿੰਨਾ ਨਹੀਂ ਤਾਂ ਮਿਲਿਆ ਤੇ ਬਾਕੀ ਪਾ ਕੇ ਵੀ ਦਿਖਾਵਾਂਗੇ ਕੋਟ ਸੈੱਟ ਕੱਪੜਾ ਬਹੁਤ ਸੋਹਣਾ ਆ ਸੈੱਟ ਕੱਪੜਾ ਬਹੁਤ ਵਧੀਆ ਕੁੜੀ ਦਾ ਕੱਪੜਾ ਬੜਾ ਸ਼ਾਨਦਾਰ ਆ ਬੋਲਦੀ ਨੂੰ ਕੱਪੜਾ ਇੰਨਾ ਵਧੀਆ ਮੁਲਾਇਮ ਬਿਲਕੁਲ ਸੌਫਟ ਕੱਪੜਾ ਆ ਕਦੋਂ ਦਾ ਕਿਤੇ ਹੋਣਾ ਡਿਫਰੈਂਟ ਜਿਹਾ ਮੈਂ ਲਗਾ ਕੇ ਦੇਖਾਂ ਮੈਨੂੰ ਬਹੁਤ ਸੋਹਣਾ ਲੱਗਿਆ ਆ ਵਾਲਾ ਸੋਹਣਾ ਆ ਗਿਆ ਵਧੀਆ ਲੱਗਦਾ ਪਾਇਆ ਉਹ ਸੋਹਣਾ ਲੱਗਣਾ ਇੱਥੇ ਕਾ ਨਾ ਇੱਥੇ ਕਾ ਦੱਸ ਮੈਂ ਚੁੰਨੀ ਲਈ ਆ ਆਵੇ ਸੋਹਣਾ ਆ ਦੇ ਕਾ ਸੋਹਣਾ ਇਹ ਮੈਨੂੰ ਸੋਹਣਾ ਲੱਗਿਆ ਕ੍ਰੌਪ ਦੇ ਵਿੱਚ ਆ ਕ੍ਰੌਪ ਇਹ ਕੋਟ ਸੈੱਟ ਹੁੰਦਾ ਕ੍ਰੌਪ ਆ ਸੋਹਣਾ ਲੱਗਦਾ ਇਹ ਇਦਾਂ ਹੁੰਦਾ ਨਾਲ ਮੈਨੂੰ ਦੋ ਲੈ ਇਹ ਵਾਲਾ ਨਾਲ ਆ ਜਿੱਦਾਂ ਦੋਸਤੋ ਮੈਂ ਇੱਦਾਂ ਘਰੇ ਜਿੱਦਾਂ ਕੰਮ ਕੁੰਮ ਕਰਦੀ ਹਾਂ ਮੈਂ ਘਰੇ ਪਾਉਣ ਲਈ ਮੰਗਾਇਆ ਜਿੱਦਾਂ ਨਾ ਘਰੇ ਘੁਰੇ ਪਾ ਕੇ ਜਿੱਦਾਂ ਬੰਦਾ ਮਰਜ਼ੀ ਘੁੰਮੀ ਜਾਵੇ ਉਹ ਵਾਲੇ ਮੈਂ ਜਿਹੜੇ ਆਉਣ ਜਾਣ ਵੇਲੇ ਪਾਇਆ ਕਰੂੰਗੀ ਤੇ ਇਹ ਵਾਲਾ ਮੈਂ ਡਰੈਸ ਜਿਹੜੀ ਘਰੇ ਪਾਇਆ ਕਰੂੰਗੀ ਕੱਪੜਾ ਪਰ ਬਹੁਤ ਵਧੀਆ ਵਾਕਈ ਜਿਹਨੇ ਕਿਹਾ ਸੀ ਕੱਪੜਾ 3 ਪੀਸ ਹਾਂਜੀ 3 ਪੀਸ ਜਿਹਨੇ ਕਿਹਾ ਸੀ ਕੱਪੜਾ ਵਧੀਆ ਹੋਊਗਾ ਵਾਕਈ ਬਹੁਤ ਵਧੀਆ ਕੱਪੜਾ ਮੈਨੂੰ ਬਹੁਤ ਪਸੰਦ ਆਇਆ ਇਹ ਦੀਦੀ ਹੁਣੀ ਆਨਲਾਈਨ ਵਰਕ ਕਰਦੇ ਆ ਤੇ ਹਾਂਜੀ ਤੇ ਇੰਸਟਾਗ੍ਰਾਮ ਤੇ ਰੀਲਾਂ ਚਾੜੂੰਗੀ ਤੁਸੀਂ ਆਈਡੀ ਥੱਲੇ ਮੈਂਸ਼ਨ ਕਰੋਗੇ ਕਲੈਬ ਵੀ ਕਰੂੰਗੀ ਉਹਨਾਂ ਨਾਲ ਤੁਸੀਂ ਉਸ ਆਈਡੀ ਤੇ ਕਲਿੱਕ ਕਰਕੇ ਉਹਨਾਂ ਨਾਲ ਤੁਸੀਂ ਜੇ ਤੁਸੀਂ ਮੰਗਵਾਣੇ ਆ ਤਾਂ ਮੰਗਵਾ ਸਕਦੇ ਹੋ ਬਹੁਤ ਜਨਰਲ ਪ੍ਰਾਈਸ ਆ ਇਹਨਾਂ ਜ਼ਿਆਦਾ ਪ੍ਰਾਈਸ ਨਹੀਂ ਹੋ ਨਾਰਮਲ ਪ੍ਰਾਈਸ ਆ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਨਾਲੇ ਕੱਪੜਾ ਵੀ ਹਰ ਕੋਈ ਲੈ ਸਕਦਾ ਆ ਉਹ ਕਰ ਸਕਦੇ ਹੋ ਤੇ ਬਾਕੀ ਚਾਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਇਹ ਕਿੱਦਾਂ ਲੱਗੇ ਤੇ ਜਿਹੜੇ ਦਾ ਕਿਹਨੂੰ ਕਿਹਨੂੰ ਕਲਰ ਪਸੰਦ ਆਇਆ ਤੇ ਇਹਨਾਂ ਤਿੰਨਾਂ ਚੋਂ ਮੈਨੂੰ ਜ਼ਰੂਰ ਦੱਸਿਓ ਥੈਂਕ ਯੂ ਬਾਏ ਬਾਏ ਇਹ ਮਸਾਲੇ ਨਾਲ ਦੇਖੋ ਜੀ ਨਾ ਤਾਂ ਫੈਟ ਫੈਟ ਪੈਂਦੇ ਸੀ ਇਹ ਚ ਹਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਦੀਦੀ ਤੁਸੀਂ ਕਿੱਦਾਂ ਪਤਲੇ ਹੋਏ ਪ੍ਰੈਗਨੈਂਸੀ ਤੋਂ ਬਾਅਦ ਨਾ ਹੀ ਐਸਿਡ ਐਸਿਡ ਬਣਦਾ ਕੋਈ ਦੋਸਤੋ ਮੈਂ ਪਤਲੀ ਇਸ ਕਰਕੇ ਆ ਮੈਂ ਹਮੇਸ਼ਾ ਘਰ ਦਾ ਹੀ ਖਾਣਾ ਖਾਂਦੀ ਆ ਮੈਂ ਕੁਝ ਬਾਹਰੋਂ ਨਹੀਂ ਜ਼ਿਆਦਾ ਖਾਂਦੀ ਹੈਗੀ ਤੇ ਮੈਂ ਹਮੇਸ਼ਾ ਘਰ ਵਿੱਚ ਜਿਹੜਾ ਬਣੀ ਚੀਜ਼ਾਂ ਉਹੀ ਖਾਂਦੀ ਆ ਇਦਾਂ ਦੀ ਗੱਲ ਨਹੀਂ ਤੇ ਥੱਲੇ ਮਾਰੇ ਬੈਠਾ ਹੋ ਤਾਂ ਆਪੇ ਸੀ ਘਟ ਜਾਂਦਾ ਹਾਂ ਇਹ ਵੀ ਆ ਸਹੀ ਗੱਲ ਆ ਨਾਲੇ ਦੌੜ ਦੌੜ ਕੰਮ ਕਰਨਾ ਪੈਂਦਾ ਕਦੀ ਆ ਚਾ ਕਦੀ ਉਹ ਲਿਆ ਤਾਂ ਕਰਕੇ ਵੀ ਥੋੜਾ ਹੈਗਾ ਆ ਕਹਿੰਦੀ ਕਿੱਥੋਂ ਹੈ ਪਿੱਛੇ ਦਾਦੂ ਆਏ ਸੈਰ ਸਪਾਟੇ ਤੋਂ ਇਹ ਕੀ ਲੱਗ ਰਿਹਾ ਉਹ ਮੇਰੇ ਲਾਉਣਾ ਨਹੀਂ ਹੋਣੀ ਅੱਛਾ ਮੱਛਰ ਮੰਮੀ
ਕਿੰਨੇ ਦੀ? 17 ਰੁਪਏ। ਇੰਨੇ ਦੀ ਆਉਣੀ ਮਸ਼ੀਨ ਹੈਗੀ ਆ? ਬੋਲਦੇ ਨਹੀਂ ਮੰਮੀ ਬਿੱਲ ਨਾ ਭਰਾਇਓ ਮੜ ਗਿਆ। ਪੂਰੀ ਮਸ਼ੀਨ ਲੈ ਲੈਂਦੇ 10 ਰੁਪਏ ਦਾ ਫਰਕ ਸੀ। ਹਾਂ ਮਸ਼ੀਨ ਤੇ ਕਦੋਂ ਕੋਈ ਸੌਦੀ ਆਉਣੀ? ਸੌਦੀ ਆ। ਹਾਂ 30 ਰੁਪਏ ਦੀ ਮਸ਼ੀਨ ਹੋ ਗਈ। ਤੇ ਉਹ ਕਿੱਥੇ ਗਈ ਗੱਲੇ ਵਾਲੀ? ਇਹ ਸਾਡਾ ਦੋਸਤੋ ਦੇਸੀ ਮਸਾਲਾ। ਆਪਾਂ ਦਾਲਾਂ ਸਬਜ਼ੀਆਂ ਤੇ ਵੀ ਪਾਈਦਾ। ਢੱਕਣ ਲਾ ਦੋ। ਘੁਮਾ ਕੇ ਚੂੜੀ ਚਾੜੀ ਦੋ, ਚਾੜ ਦੋ। ਹੁਣ ਦੇ ਲਿਓ ਲਾ ਕੇ ਲੱਗਦੀ ਨੀ। ਬਸ 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 ਚੜ ਨਹੀਂ ਕਰਨੀ, ਖੋਲਣੀ ਦੇ ਲਓ ਲਾ ਕੇ ਲੱਗਦੀ ਆ। ਮੈਨੂੰ ਤਾਂ ਲੱਗਦਾ ਨਹੀਂ ਸਹੀ ਹੋਊਗੀ ਮਸ਼ੀਨ। ਤੇ ਤਾਂ ਸਾਡੇ ਕੋਲ ਪਿਆ ਮਸ਼ੀਨ ਨਹੀਂ ਸਹੀ ਹੋਣੀ ਆ, ਉਹੀ ਸਹੀ ਸੀਗੀ ਮਸ਼ੀਨ। ਲਓ ਜੀ ਤੁੜਕਾ ਲੱਗਣ ਲੱਗ ਪਿਆ ਆ। ਸਪੈਸ਼ਲ ਬਣਨੀ ਆ ਨਹੀਂ ਤਾਂ ਮਸਲਾ ਮੁੰਗੀ ਦੀ ਦਾਲ ਹੈ ਨਾ, ਦਾਲ ਦੇ ਨਾਲ ਅਚਾਰ ਬਹੁਤ ਸਵਾਦ ਲੱਗਦਾ। ਕਿਹਨੂੰ ਕਿਹਨੂੰ ਸਵਾਦ ਲੱਗਦਾ? ਮੈਨੂੰ ਤਾਂ ਬਹੁਤ ਟੇਸਟੀ। ਸਪੈਸ਼ਲ ਦਾਲ ਹੁੰਦੀ ਹੈ ਜੀ ਇਹ। ਨਹੀਂ ਦਾਲ ਬਹੁਤ ਟੇਸਟੀ ਬਣਦੀ ਆ ਇਹ, ਮੈਨੂੰ ਤਾਂ ਬਹੁਤ ਸਵਾਦ ਲੱਗਦੀ। ਨਹੀਂ ਆ ਗਈ ਅਸਾ, ਇਹ ਸਾਡੀ ਕਹਿੰਦੀ ਬਿਮਾਰਾਂ ਦੀ ਦਾਲ ਡਰਾਮੇ ਕਰਦੀ ਆ। ਬਾਰਿਸ਼ ਆ ਚੁੱਕੀ ਹੈ ਬੇਬੀ, ਅਬ ਕੀ ਕਰੇਂਗੇ ਬੇਬੀ? ਬਾਬਾ ਜੀ 10 ਮਿੰਟ ਰੋਕ ਦਿਓ ਬਾਰਿਸ਼ ਨੂੰ, ਮੇਰਾ ਤੁੜਕਾ ਲੱਗ ਲੈਣ ਦਿਓ। ਸਦਾ ਰੋਟੀਆਂ ਹੀ ਬਣਾਉਣੀਆਂ, ਘੰਟਾ ਕਹੋ ਹੈ ਨਾ ਬਾਬਾ ਜੀ, ਘੰਟਾ ਇੱਕ ਰੁਕ ਜਾਓ, ਘੰਟਾ ਇੱਕ ਰੁਕ। ਮੇਰੀ ਵਗਣ ਦੇ ਹੀ ਉਦਾਂ ਤਾਂ ਡੈਡੀ ਡੈਡੀ ਤੇਲ ਨਹੀਂ ਨਾ ਕੱਢਦੀ, ਉਹ ਸਮੈਲ ਨਹੀਂ ਆਉਂਦੀ ਇਹਦੇ ਵਿੱਚ। ਹੈ ਸਮੈਲ ਆਊਗੀ ਤਾਂ ਹੀ ਮਸ਼ੀਨ ਚੱਲਣੀ। ਹੈ ਦੁਕਾਨ ਤੇ ਦੇਖੂੰਗਾ ਜੇ ਹੋਈ ਤਾਂ ਲੈ ਆਉਂਗਾ। ਇਹ ਹੈਗਾ ਸਾਡੀਆਂ ਮਿਰਚਾਂ ਹਰੀਆਂ, ਤੇ ਆ ਹੈਗਾ ਟਮਾਟਰ। ਇਹ ਮੈਂ ਪੇਸਟ ਦੇਖੋ ਲੱਗ ਰਿਹਾ ਇਕੱਠਾ ਕੀਤਾ, ਇਹਦਾ ਸਮੈਲ ਆਉਂਦੀ ਹੋਈ ਸੀ, ਇਹਦਾ ਸਹੀ ਹੈ। ਮੈਂ ਫੜਾ ਮਾੜਾ ਜਿਹਾ ਮੀਂਹ ਹਟਿਆ, ਮੈਂ ਫਟਾਫਟ ਮੈਂ ਕਿਹਾ ਦਾਲ ਲਿਆਓ, ਕੜਾਹੀ ਚਾੜਾਈ ਫਟਾਫਟ, ਪਾਣੀ ਪਾ ਕੇ ਪਹਿਲੇ ਰੱਖਤਾ ਦਾਲ ਪਕਾ ਲਈ। ਚਟਣੀ ਬਹੁਤ ਵਗਿਆ ਹੁੰਦਾ, ਦਸ ਲੈਟ ਆਉਗੀ ਸਾਰਾ। ਮੈਨੂੰ ਵੀ ਲੱਗਦਾ ਲੱਗਦਾ। ਲੈਟ ਆਲੋ ਤਾਂ ਬੰਦ ਰੱਖੋ। ਆਹੋ ਬੋਲਦੇ ਨਹੀਂ, ਉਹ ਮੱਛਰ ਦਾ ਨਹੀਂ ਆਪਣੇ ਕਮਰੇ 'ਚ ਵੀ ਲਾ ਦਿਓ। ਪਹਿਲੇ ਪਿਆ ਉਹ ਮੱਛਰ ਵਾਲੀ ਆਪਣੇ ਕਮਰੇ 'ਚ ਵੀ ਲਾ ਲਓ, ਉਂ ਜਦੋਂ ਮੱਛਰ ਤਾਂ ਭੱਜ ਜੂਗਾ ਫਿਰ ਤਾਂ ਨਹੀਂ ਹੋਣੀ ਲੈਟ। ਵੱਢ ਕੇ ਸਪੈਦਾ ਕਿਹਦਾ ਸੀਗਾ? ਲਓ ਜੀ ਅੱਜ ਥੋੜ੍ਹੀ ਤੁਰ ਕੇ ਰੰਗ ਹੋ ਗਿਆ ਬਰਾਊਨ, ਬਰਾਊਨ ਹੋ ਗਿਆ। ਅਤੇ ਹੁਣ ਆਪਾਂ ਥੋੜ੍ਹੀ ਵਿੱਚ ਹਲਦੀ, ਲੂਣ ਪਾਉਣਾ, ਹਲਦੀ ਪਾਉਣੀ ਆ, ਕਿਉਂਕਿ ਮੈਂ ਵਿੱਚ ਪਾ ਵੀ ਲਿਆਈ, ਉਹ ਥੋੜ੍ਹੇ ਥੋੜ੍ਹੇ ਖੋਣੇ ਪਾ ਦੇਣੇ ਬਹੁਤ। ਤੁਸੀਂ ਜਿਸ ਵੇਲੇ ਬਾਹਰ ਚੱਲ ਗਏ ਨਾ, ਉਸ ਵੇਲੇ ਹਨੇਰੀ ਚੱਕਰ ਆ ਗਿਆ ਨਾਲ ਹੀ। ਨਹੀਂ ਰਾਤ ਨੂੰ ਕਹੂੰਗਾ। ਲਓ ਜੀ ਤੁੜਕਾ ਲੱਗ ਗਿਆ ਸਾਡਾ, ਅਤੇ ਦਾਲ ਜਿਹੜੀ ਆਪਾਂ ਪਹਿਲੇ ਰਾੜ ਲਈ ਸੀਗੀ ਚੰਗੀ ਤਰ੍ਹਾਂ, ਅਤੇ ਹੁਣ ਆਪਾਂ ਉਹਨੂੰ ਵਿੱਚ ਸਿੱਟ ਦੇਣਾ ਇਹਦੇ।
ਮੈਨੂੰ ਤਾਂ ਮੈਨੂੰ ਪਤਾ ਕਿੱਦਾਂ ਪਸੰਦ ਆ, ਇੰਨਾ ਤੁੜਕਾ ਹੋਵੇ ਤੇ ਜੇ ਕੌਲੀ ਹੋਵੇ ਦਾਲ ਦੀ ਬਸ ਐਦਾਂ ਦਾ ਮੈਨੂੰ ਪਸੰਦ ਆ, ਪੂਰੇ ਤੱਬਰ ਦਾ ਤੁੜਕਾ ਹੋਵੇ ਤੇ ਕੌਲੀ ਹੋਵੇ ਇਹਨਾਂ ਜੋਗੀ, ਇਹ ਆ ਨਾ ਮਤਲਬ ਇਹ ਦਾਲ ਵਧੀਆ ਬਣਦੀ ਹੈ ਮੇਰੇ ਹਿਸਾਬ ਨਾਲ। ਬਾਕੀ ਤੁਸੀਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਦੋਸਤੋ, ਫੇਰ ਪੂਰੇ ਟੱਬਰ ਲਈ ਨਾ ਜੇ ਇਦਾਂ ਦੀ ਬਣਾਉਣੀ ਹੈ ਤਾਂ 20 ਪਿਆਜ਼ ਚਾਹੀਦੇ ਆ, 20 ਟਮਾਟਰ ਚਾਹੀਦੇ ਆ। ਜੇ ਤੁਸੀਂ ਵੀ ਇਸ ਤਰ੍ਹਾਂ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ ਤੇ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ, ਦਾਲ ਕਿੱਦਾਂ, ਮਸਰਾ ਮੂੰਗੀ ਦੀ ਉਹ ਵੀ ਦੱਸਿਓ, ਨਾਲ ਗਰਮਾ ਗਰਮ ਫੁਲਕਾ ਹੋਵੇ, ਨਾਲ ਅਚਾਰ ਹੋਵੇ, ਨਾਲ ਮਸਰਾ ਮੂੰਗੀ ਦਾਲ ਹੋਵੇ। ਇਹ ਬਹੁਤ ਡਿਫਰੈਂਟ ਤਰੀਕੇ ਨਾਲ ਬਣਾਈ ਹੈ ਅੱਜ, ਤੇ ਨਾਲ ਸਾਡਾ ਇਹ ਸੀਗਾ ਕਿ ਕਿਹੜਾ ਤਰੀਕਾ ਸੀਗਾ, ਮੂੰਹ ਤਾਂ ਨਹੀਂ ਚੱਕਿਆ ਸੀਗਾ ਨਹੀਂ, ਤੇ ਰੱਬ ਨੂੰ ਮੈਂ ਪ੍ਰਾਰਥਨਾ ਕਰਦੀ ਬਾਬਾ ਜੀ ਮੀਂਹ ਰੁਕ ਦੋ, 2 ਘੰਟੇ ਲਈ ਮੈਂ ਰੋਟੀ ਵੀ ਬਣਾਉਣੀ ਆ ਹਲੇ, ਇਹ ਡਿਫਰੈਂਟ ਤਰੀਕਾ ਸੀ। ਇਸ ਕਰਕੇ ਔਖਾ ਹੋ ਜਾਂਦਾ, ਚਲੋ ਸਾਡੇ ਤਾਂ ਫਿਰ ਵੀ ਇੱਥੇ ਅੰਦਰ ਹੈਗੀ ਰਸੋਈ ਅੰਦਰ ਹੀ ਪਰ ਸੌਂਦੇ ਆ ਉਹਨਾਂ ਵਿਚਾਰਿਆਂ ਨੂੰ ਕਿੰਨਾ ਔਖਾ ਹੋਊਗਾ ਰੋਟੀ ਪਾਣੀ ਬਣਾਉਣੀ। ਹੋਰ ਚਲੋ ਬਸ ਕਾ ਸਿੱਟਦੇ ਹੁਣ ਵਿੱਚ, ਥੋੜਾ ਕੱਚਾ ਨਹੀਂ ਹੁੰਦਾ ਮੇਰੀ ਦਾੜੀ ਜਨੀ ਨੂੰ, ਕੱਚਾ ਹੁੰਦਾ ਥੋੜਾ ਰੱਖੀ ਜਾਂਦਾ ਫੇਰ ਸਮੈਲ ਆਉਣੀ ਵਿੱਚੋਂ। ਲਓ ਜੀ ਹੁਣ ਮੈਂ ਲੱਗੀ ਪਾਉਣ ਦੀ ਦਾਲ, ਲਓ ਜੀ ਆਹ ਦਾਲ ਇੱਦਾਂ ਬਣਾ ਕੇ ਰੱਖੀ ਹੈ, ਪਹਿਲਾਂ ਮੈਂ ਥੋੜ੍ਹਾ ਜਿਹਾ ਪਾਣੀ ਪਾਉਂਗੀ ਦਾਲ ਦਾ, ਥੋੜ੍ਹਾ ਰਿੱਝ ਜਾਵੇ ਫੇਰ ਦਾਲ ਪਾਉਂਗੀ। ਇਹਦਾ ਇਹ ਵੀ ਬਣਦੀ ਕਰੇ ਉਹ ਭੁਜੀਆ ਜਿਹਾ, ਕੀ ਭੁਜੀਆ ਜਿਹੜਾ ਹੁੰਦਾ ਉਹ, ਆਹੋ ਇਹਦਾ ਹੀ ਹੁੰਦਾ, ਇਹਦੀ ਇਕੱਲੀ ਜਿਹੜੀ ਪੀਲੀ ਦਾਲ ਨਹੀਂ ਹੁੰਦੀ, ਇੱਕ ਤਾਂ ਲਾਲ ਹੁੰਦੀ ਜਿਹੜੀ ਪੀਲੀ ਇਕੱਲੀ ਹੁੰਦੀ ਉਹਦਾ ਬਣਦਾ। ਹਲਦੀ ਚੰਦਨ ਮਸਾਲਾ ਲਸਣ ਅਦਰਕ ਪਿਆਜ ਤੇ ਮਸਾਲਾ ਟਮਾਟਰ ਸਭ ਕੁਛ ਪਿਆ ਦਾਲ ਵਿੱਚ ਤਾਂ ਟੇਸਟੀ ਬਣੀ ਆ। ਕਈ ਵਾਰ ਸਾਡੇ ਤੋਂ ਮਸਾਲਾ ਮਸੂਲਾ ਨਹੀਂ ਹੁੰਦਾ ਆਪਾਂ ਨਹੀਂ ਪਾਈਦਾ, ਪਰ ਅੱਜ ਸਭ ਕੁਛ ਪਿਆ। ਵੈਸੇ ਨਾ ਮੀਂਹ ਵਿੱਚ ਇੱਦਾਂ ਹੀ ਦਾਲ ਬਣੀ ਹੋਵੇ ਨਾਲ ਗਰਮ ਗਰਮ ਰੋਟੀ ਹੋਵੇ ਕਿੰਨੀ ਸਵਾਦ ਆ, ਚੁੱਲ੍ਹੇ ਮੋਰੇ ਬਹਿ ਕੇ ਖਾਧੀ ਹੋਵੇ ਆਹ। ਮੈਂ ਜਦੋਂ ਆਪਣੀ ਮੰਮੀ ਕੋਲ ਜਾਂਦੀ ਹੁੰਦੀ ਹਾਂ ਨਾ ਮਿੱਟੀ ਖਾਂਦੀ ਹੁੰਦੀ। ਚਲੋ ਠੀਕ ਆ ਦੋਸਤੋ, ਹੁਣ ਆਪਾਂ ਦਾਲ ਦੂਲ ਬਣ ਗਈ ਆ, ਤੈਨੂੰ ਆਪਾਂ ਰਾੜ ਦੇਣਾ ਆ ਤਾਂ ਸਾਨੂੰ ਰੈਡੀ ਆ ਇਹ, ਇਸ ਤੋਂ ਬਾਅਦ ਰੋਟੀ ਬਣਨੀ ਆ ਤੇ ਬਾਰਿਸ਼ ਦਾ ਮਾਹੌਲ ਜਿਹੜਾ ਉਹ ਚਾਲੂ ਆ ਤੇ ਬਾਰਿਸ਼ ਨਾ ਆ ਜਾਵੇ ਇਸ ਤੋਂ ਪਹਿਲੇ ਪਹਿਲੇ ਕਰ ਲਈਏ, ਇਹ ਚੱਕੜ ਜਾ ਲੈ ਆ ਦੇਖੋ, ਤੇ ਹੁਣ ਰੈਡੀ ਕਰਨ ਲੱਗੀ ਆ। ਬੱਦਲ ਦੇਖੋ ਉੱਪਰ ਦਾਲ ਬਣਾਈ ਉਹ ਕਿੱਦਾਂ ਲੱਗੀ, ਕਿਹਨੂੰ ਕਿਹਨੂੰ ਪਸੰਦ ਆ।